ਆਪਣਾ ਵੀ ਭਲਾ ਕਰਕੇ ਰਾਜ ਮਾਲਕ ਦੇ ਵਾਟ ਵਟਾਓ ਆਵੇ ਜਾਏ ਵਾਟ ਕਹੀ ਰਸਤਾ ਵਟਾਓ ਕਹੀ ਪ੍ਰਾਹੁਣਾ ਇਹ ਸੰਸਾਰ ਦੇ ਅੰਦਰ ਪਣੋ ਦੇ ਤੇਰਾ ਖਾਲੀ ਆਇਆ ਔਰ ਖਾਲੀ ਚਲਾ ਗਿਆ ਪਰ ਸਾਨੂੰ ਪ੍ਰਾਹੁਣੇ ਦੀ ਤਰ੍ਹਾਂ ਰਹਿਣਾ ਨਹੀਂ ਆਇਆ ਸੰਸਾਰ ਦੇ ਵਿੱਚ ਜਿਹਨੂੰ ਪ੍ਰਾਹੁਣੇ ਦੀ ਤਰ੍ਹਾਂ ਰਹਿਣਾ ਆ ਗਿਆ ਤਾਂ ਸਿੰਘ ਜੀ ਉਹਦਾ ਜੀਵਨ ਸੌਖਾ ਹੈ ਉਹਦਾ ਸੌਖਾ ਜੀਵਨ ਹੈ ਮੁਸਾਫਰ ਦੀ ਤਰ੍ਹਾਂ ਜਿਹੜਾ ਸੰਸਾਰ ਵਿੱਚ ਰਹੇਗਾ ਉਹਦਾ ਜੀਵਨ ਸੁਖਾਲਾ ਕਿਉਂਕਿ ਮੁਸਾਫਰ ਕਦੇ ਵੀ ਕਿਸੇ ਵੀ ਚੀਜ਼ ਨਾਲ ਪਿਆਰ ਨਹੀਂ ਪਾਉਂਦਾ ਕਦੇ ਵੀ ਦੇਖ ਲਓ ਤੁਸੀਂ ਕੀ ਪਾਉਂਦਾ ਕਦੇ ਵੀ ਨਹੀਂ ਪਾਉਂਦਾ ਭਾਵੇਂ ਅਸੀਂ ਕਿਤੇ ਮਹੀਨਾ ਰਹਿ ਲਈਏ ਦੋ ਰਹਿ ਲਈਏ ਤਿੰਨ ਰਹਿ ਲਈਏ ਚਾਰ ਰਹਿ ਲਈਏ ਪਤਾ ਹੈ ਵੀ ਜਾਣਾ ਹੈ ਫਿਰ ਕਾਹਨੂੰ ਖਲਾਰਾ ਪਾਉਣਾ ਇੱਥੇ ਕਿਉਂ ਖਲਾਰਾ ਪਾਉਣਾ ਆਪਾਂ ਬਾਣੀ ਪੜ੍ਹੀਏ ਹਜ਼ੂਰ ਕਹਿੰਦੇ ਜਿੰਨੀ ਚੱਲਣ ਜਾਣੇ ਆ ਜਿਨ੍ਹਾਂ ਨੇ ਜਾਣ ਲਿਆ ਵੀ ਮੈਂ ਜਾਣਾ ਸੇ ਕਿਉਂ ਕਰਿਆ ਵੀ ਥਾਲ ਉਹ ਫਿਰ ਖਲਾਰਾ ਨਹੀਂ ਪਾਉਂਦੇ ਦੂਸਰੀ ਗੱਲ ਤੁਸੀਂ ਕਦੇ ਵੀ ਦੇਖ ਲੈਣਾ ਜਿਹੜਾ ਮੁਸਾਫਰ ਹੋਏਗਾ ਉਹਦੇ ਕੋਲ ਤੁਹਾਨੂੰ ਬਹੁਤਾ ਸਮਾਨ ਵੀ ਨਹੀਂ ਮਿਲੇਗਾ ਸਿਰਫ ਲੋੜ ਦੀਆਂ ਚੀਜ਼ਾਂ ਮਿਲਣਗੀਆਂ ਐਸਾ ਹੀ ਹੁੰਦਾ ਤੁਹਾਨੂੰ ਪਤਾ ਵੀ ਜਿੰਨਾ ਵੱਧ ਸਮਾਨ ਹੋਏਗਾ ਓਨਾ ਹੀ ਸਫ਼ਰ ਔਖਾ ਹੋਏਗਾ ਜਿੰਨਾ ਅਸੀਂ ਵੱਧ ਜੋੜਦੇ ਹਾਂ ਨਾ ਓਨਾ ਹੀ ਵੱਧ ਅਸੀਂ ਔਖੇ ਹੁੰਦੇ ਹਾਂ ਹੁਣ ਜੋੜ ਤੇ ਲਿਆ ਹੁਣ ਚੱਕੇ ਕੌਣ ਸੰਭਾਲੇ ਕੌਣ ਮੈਂ ਜੋੜੀ ਜਾ ਰਿਹਾ ਸਾਰਾ ਜ਼ੋਰ ਸਾਡਾ ਜਿਹੜਾ ਉਹ ਜੋੜਨ 'ਤੇ ਲੱਗਾ ਕਮਾਉਣਾ ਅਤੇ ਜੋੜਨਾ ਬਸ ਇਹਦੇ 'ਤੇ ਲੱਗਾ ਹੋਇਆ ਮਾਲਕ ਨੂੰ ਵਰਤੀਏ ਅਤੇ ਵਰਤਣ ਵਾਸਤੇ ਗੁਰੂ ਸਾਹਿਬ ਨੇ ਤਰੀਕਾ ਕੀ ਦਿੱਤਾ ਆਪ ਵੀ ਸੁੱਖ ਹੈ ਰੋ ਦੂਜੇ ਨੂੰ ਵੀ ਸੁੱਖ ਦਿਓ ਵਾਕ ਵਟਾਵੂ ਆਵੇ ਜਾਏ ਪਾਚਕ ਤੇ ਕਿਆ ਲੈ ਆਇਆ ਕਿਆ ਪੱਲਾ ਪਾਏ ਤੂੰ ਲੈ ਕੇ ਕੀ ਆਇਆ ਜਿਹਨੂੰ ਮਰਜ਼ੀ ਪੁੱਛੋ ਕੀ ਲੈ ਕੇ ਆਇਆ ਕਹਿੰਦਾ ਕੁਝ ਵੀ ਨਹੀਂ ਲੈ ਕੇ ਕੀ ਜਾਣਾ ਕਹਿੰਦਾ ਕੁਝ ਵੀ ਨਹੀਂ ਫਿਰ ਇਕੱਠਾ ਜੋ ਕੀਤਾ ਹੋਇਆ ਛੱਡ ਦੇ ਇੱਕ ਬਜ਼ੁਰਗ ਨੇ ਚੜ੍ਹਾਈ ਕਰਕੇ ਗਿਆਨੀ ਜੀ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਹੁਣ ਕਿਸੇ ਗੱਲ ਦੀ ਕਮੀ ਨਹੀਂ ਚੰਗੀ ਗੱਲ ਹੈ ਕਿਸੇ ਗੱਲ ਦੀ ਕਮੀ ਨਹੀਂ ਹੁਣ ਚੰਗੀ ਗੱਲ ਹੈ ਪਰ ਹਾਂ ਮੈਂ ਬੜਾ ਦੁਖੀ ਕਮੀ ਕਿਸੇ ਗੱਲ ਦੀ ਨਹੀਂ ਹੈ ਰੱਬ ਨੇ ਬਹੁਤ ਕੁਝ ਦਿੱਤਾ ਹੈ ਪਰ ਮੈਂ ਹਾਂ ਦੁਖੀ ਹਾਂ ਦੁਖੀ ਕਿਉਂ ਹੈ ਕੀ ਕਾਰਨ ਹੈ ਕਹਿੰਦਾ ਜੀ ਬਸ ਜਿਹੜਾ ਵੀ ਆਉਂਦਾ ਮੈਨੂੰ ਕਹਿੰਦੇ ਸਾਡੀ ਸੰਸਥਾ ਦੇ ਮੈਂਬਰ ਬਣ ਜਾਓ ਤੁਸੀਂ ਮੁਖੀ ਬਣੋ ਤੁਸੀਂ ਬਜ਼ੁਰਗ ਹੋ ਨਾ ਤੁਹਾਡੇ ਕੋਲ ਅਨੁਭਵ ਜ਼ਿਆਦਾ ਹੈ ਤੁਹਾਡੇ ਕੋਲ ਟਾਈਮ ਵੀ ਜ਼ਿਆਦਾ ਹੈ ਮੈਨੂੰ ਮੁਖੀ ਬਣਾ ਦਿੰਦੇ ਨੇ ਮੈਂ ਕਿਹਾ ਤੇ ਫਿਰ ਵਧੀਆ ਗੱਲ ਹੈ ਸੇਵਾ ਕਰੋ ਕਹਿੰਦੇ ਸੇਵਾ ਕਿੱਥੋਂ ਮੁਖੀ ਬਣਾਉਣ ਤੋਂ ਬਾਅਦ ਮੈਨੂੰ ਕਹਿੰਦੇ ਹੁਣ ਸੰਸਥਾ ਨੂੰ ਦਿਓਗੇ ਕੀ ਫਿਰ ਮੁਖੀ ਬਣਾ ਕੇ ਫਿਰ ਸੰਸਥਾ ਵਾਸਤੇ ਮੇਰੇ ਤੋਂ ਫੰਡ ਇਕੱਠਾ ਕਰਦੇ ਨੇ 20-25 ਸੰਸਥਾਵਾਂ ਦਾ ਮੈਨੂੰ ਉਹਨਾਂ ਨੇ ਮੈਂਬਰ ਬਣਾਇਆ ਹੋਇਆ ਅਤੇ ਹਰ ਮਹੀਨੇ ਉਹ ਫਿਰ ਉਹਨਾਂ ਨੂੰ ਆਪ ਵੱਲੋਂ ਵੀ ਦੇਣਾ ਪੈਂਦਾ ਮੈਂ ਕਿਹਾ ਅਤੇ ਇੱਥੋਂ ਤੁਸੀਂ ਇੱਕ ਮਿੰਟ ਸੁਖੀ ਹੋ ਸਕਦੇ ਹੋ ਇਹ ਕੋਈ ਵੱਡਾ ਦੁੱਖ ਨਹੀਂ ਹੈ ਤੁਸੀਂ ਸਿਰਫ ਐਸੇ ਗੱਲ ਨੂੰ ਲੈ ਕੇ ਦੁਖੀ ਹੋ ਨਾ ਵੀ ਉਹ ਮੈਨੂੰ ਸੰਸਥਾ ਦੇ ਮੈਂਬਰ ਬਣਾਉਂਦੇ ਆ ਅਤੇ ਮੁੜ ਕੇ ਮੈਨੂੰ ਕਹਿੰਦੇ ਦੱਸੋ ਜੀ ਸੰਸਥਾ ਨੂੰ ਦਿਓਗੇ ਕੀ ਧੰਨ ਹੀ ਮੰਗਦੇ ਆ ਨਾ ਧੰਨ ਧੰਨ ਸਾਰਾ ਤੁਸੀਂ ਮੈਨੂੰ ਫੜਾਓ ਆਨੰਦ ਲਓ ਨਾ ਤੁਹਾਡੇ ਕੋਲ ਕੋਈ ਧੰਨ ਹੋਏਗਾ ਨਾ ਕੋਈ ਤੁਹਾਨੂੰ ਆ ਕੇ ਮੈਂਬਰ ਬਣਾਊਗਾ ਅਤੇ ਨਾ ਤੁਹਾਡੇ ਕੋਲ ਕੋਈ ਮੰਗੂਗਾ ਸਾਡੇ ਕੋਲ ਆਊਗਾ ਅਸੀਂ ਆਪੇ ਵੇਖ ਲਾਂਗੇ ਇਹ ਕਿਵੇਂ ਹੋ ਸਕਦਾ ਯਾਨੀ ਕਿ ਪਕੜ ਨਹੀਂ ਛੱਡਣੀ ਇਹ ਪਕੜ ਕਰਕੇ ਹੀ ਦੇ ਬੰਦਾ ਮਰਿਆ ਹੋਇਆ ਕਹਿੰਦੇ ਨੇ ਕਿਸੇ ਪਿੰਡ 'ਚ ਹੜ੍ਹ ਆ ਗਿਆ ਅਤੇ ਜਦੋਂ ਹੜ੍ਹ ਆਇਆ ਅਤੇ ਹੜ੍ਹ ਵਿੱਚ ਇੱਕ ਰਿੱਛ ਰੁੜ ਗਿਆ ਰਿੱਛ ਭਾਲੂ ਰੁੜ ਗਿਆ ਹੁਣ ਪਿੰਡਾਂ ਥਾਵਾਂ 'ਤੇ ਲੋਕ ਅੱਜ ਵੀ ਇਕੱਠੇ ਹੋ ਕੇ ਜਾ ਕੇ ਦੇਖਦੇ ਨੇ ਕਿੰਨਾ ਕੁ ਪਾਣੀ ਆਏ ਚੱਲ ਕੇ ਦੇਖਿਓ ਕੰਢੇ 'ਤੇ ਜਾ ਕੇ ਇਕੱਠੇ ਹੋਏ ਉਹ ਮੇਰੇ ਵਰਗੇ ਨੇ ਵੇਖੇ ਕਹਿੰਦੇ ਉਹ ਕੰਬਲ ਰੁੜਿਆ ਹੁੰਦਾ ਦੂਜੇ ਨਾਲ ਦਾ ਕਹਿੰਦਾ ਮਾਰ ਛਾਲ ਪਿਆ ਕੱਢ ਲਿਆ ਕੰਬਲ 'ਤੇ ਕੱਢ ਕੇ ਲਿਆ ਇੱਥੇ ਆਪਾਂ ਨੂੰ ਕਿਨਾਰੇ 'ਤੇ ਆਉਣ ਦਾ ਹੀ ਤਾਂ ਫਾਇਦਾ ਹੋਊਗਾ ਆਪਾਂ ਨੇ ਮਾਰਤੀ ਛਾਲ ਜੀ ਹੁਣ ਜਾ ਕੇ ਤਾਂ ਕੰਬਲ ਨੂੰ ਹੱਥ ਪਾਇਆ ਨਾ ਅਤੇ ਕੰਬਲ ਨੇ ਮੈਨੂੰ ਹੱਥ ਪਾ ਲਿਆ ਉਹ ਰਿੱਛ ਸੀ ਨਾ ਰਿੱਛ ਨੇ ਉਹਨੂੰ ਜੱਫੀ ਪਾ ਲਈ ਵੀ ਸ਼ਾਇਦ ਮੈਨੂੰ ਬਚਾਉਣ ਆਇਆ ਉਹ ਫਸ ਗਿਆ ਉਹ ਨਾਲ ਹੀ ਉਹ ਰੁੜਿਆ ਜਾਵੇ ਉਹ ਕਹਿੰਦਾ ਕੰਬਲ ਭਾਰਾ ਹੀ ਬੜਾ ਉਹ ਕਹਿੰਦਾ ਫਿਰ ਤੂੰ ਛੱਡ ਦੇ ਤੂੰ ਤੇ ਆਪਣੀ ਜਾਨ ਬਚਾ ਕਹਿੰਦਾ ਮੈਂ ਕਿੱਥੋਂ ਜਾਨ ਬਚਾਵਾਂ ਮੈਨੂੰ ਕੰਬਲ ਨੇ ਬੜਿਆ ਹੋਇਆ ਹੁਣ ਸਾਡੀ ਹਾਲਤ ਇਹ ਆ ਮਾਇਆ ਰਿੱਛ ਹੈ ਨਾ ਜੇ ਪਤਾ ਵੀ ਮਾਇਆ ਦੁਖੀ ਕਰਦੀ ਛੱਡ ਦਿਓ ਛੱਡਣੀ ਵੀ ਨਹੀਂ ਐਂ ਜੱਫੀ ਪਾਈ ਹੋਈ ਹੈ ਬਸ ਮਾਲਕ ਕਹਿੰਦੇ ਪਕੜੀ ਜਿਹੜੀ ਹੈ ਨਾ ਉਹ ਮਾਰਦੀ ਜੀਵ ਨੂੰ ਜਦੋਂ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਮਾਇਆ ਵਿੱਚ ਰਹਿਣ ਦਾ ਢੰਗ ਦੱਸਿਆ ਸੀ ਵੀ ਇਹਦੇ 'ਚ ਰਹਿਣਾ ਪਕੜ ਨਹੀਂ ਛੱਡਣੀ ਪਕੜ ਨਹੀਂ ਛੱਡਣੀ ਖਿਆਲ ਰੱਖ ਤੁਸੀਂ ਕਦੇ ਵੀ ਦੇਖੋ ਬੇੜੀ ਜਿਹੜੀ ਹੈ ਕਦੋਂ ਡੁੱਬਦੀ ਹੈ ਦੋ ਹੀ ਕਾਰਨ ਨੇ ਜਾਂ ਉਹਦੇ 'ਚ ਪਾਣੀ ਪੈ ਜਾਏ ਭਾਰ ਵੱਧ ਜਾਏ ਤਾਂ ਡੁੱਬਦੀ ਹੈ ਜਾਂ ਮੋਰੇ ਹੋ ਜਾਏ ਤਾਂ ਡੁੱਬਦੀ ਹੈ
ਜਦੋਂ ਸਾਡੇ ਜੀਵਨ ਜਿਵੇਂ ਜਿਵੇਂ ਭਾਰ ਮਾਇਆ ਦਾ ਵੱਧਦਾ ਜਾਣਾ, ਅਸੀਂ ਵਿੱਚ ਧਸਦੇ ਜਾਣਾ। ਆ ਤੁਸੀਂ ਪੜ੍ਹਦੇ ਹੋ ਨਾ ਜਿਹੜੇ ਸੋਦਰ ਦੀ ਬਾਣੀ ਪੜ੍ਹਦੇ ਹੋ, ਮਾਲਕ ਕਹਿੰਦੇ ਹਮ ਦੇਖਾ ਤਾਂ ਡੁੱਬੀ ਵਾਲੇ, ਕਹਿੰਦੇ ਅਸੀਂ ਵੇਖਦੇ ਹਾਂ ਜੀਵਨ ਦੀਆਂ ਬੇੜੀਆਂ ਡੁੱਬੀ ਜਾ ਰਹੀਆਂ ਨੇ, ਪੰਕਜ ਮੋਪਕ ਨਹੀਂ ਚੱਲ ਰਿਹਾ, ਕੰਮ ਦੇਖਾ ਤਾਂ ਡੁੱਬੀ ਵਾਲੇ। ਮਾਲਕ ਕਹਿੰਦੇ ਕਿਆ ਲੈ ਆਇਆ, ਕਹਿੰਦਾ ਜੀ ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ ਕਿਆ ਪਨ ਲੈ ਪਾਏ, ਤੇਰੇ ਪੱਲੇ ਕੀ ਹੈ, ਕਹਿੰਦਾ ਕੁਝ ਵੀ ਨਹੀਂ, ਖਾਲੀ ਹੈ। ਜਦੋਂ ਕਿ ਸਵਾਸ ਲੈ ਕੇ ਆਏ ਹਾਂ, ਪਰ ਸਵਾਸ ਸਾਰੇ ਇੱਥੋਂ ਗਵਾ ਕੇ ਵਿਅਰਥ ਅਸੀਂ ਚਲੇ ਜਾਂਦੇ। ਸਤਸੰਗ ਜੀ ਸਵਾਸ ਤੇ ਬਾਕੀ ਜਿਹੜੇ ਜਿੰਨੇ ਵੀ ਪਸ਼ੂ ਪਕਸ਼ੀ ਨੇ ਸਾਰੇ ਲੈਂਦੇ ਨੇ, ਸਵਾਸ ਤੇ ਬਾਕੀ ਪਕਸ਼ੀ ਨਹੀਂ ਲੈਂਦੇ, ਬਾਕੀ ਸਾਰੇ ਵੀ ਲੈਂਦੇ, ਭਾਵੇਂ ਕੁਝ ਪਾਇਆ ਭਾਵੇਂ ਕੁਝ ਪਾਇਆ, ਸਵਾਸ ਤੇ ਸਾਰੇ ਲੈਂਦੇ। ਪਰਮੇਸ਼ਰ ਨੇ ਸਵਾਸ ਸਾਰਿਆਂ ਨੂੰ ਦਿੱਤੇ ਨੇ, ਪਰ ਸਤਸੰਗ ਜੀ ਉਹਨਾਂ ਸਵਾਸਾਂ ਦੇ ਨਾਲ ਸਿਮਰਨ ਕਿਸੇ ਕਿਸੇ ਨੂੰ ਮਿਲਿਆ। ਸਵਾਸ ਸਾਰੇ ਲੈ ਰਹੇ ਸਭ, ਪਰ ਉਹਨਾਂ ਸਵਾਸਾਂ ਨੂੰ ਸਫਲ ਕੋਈ ਵਿਰਲਾ ਹੀ ਕਰ ਰਿਹਾ। ਕਿਹੜਾ? ਹਜ਼ੂਰ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਮਿਰਖਾ ਚਾਹੇ। ਫਿਰ ਸਤਿਗੁਰੂ ਨੇ ਇੱਕ ਬਾਣੀ 'ਚ ਹੋਰ ਵੀ ਗੱਲ ਆਖੀ ਹੈ, ਕਹਿੰਦੇ ਕਿਛ ਖਾਜੈ ਕਿਛ ਧਰ ਜਾਈਐ ਜੇ ਬਹੁੜ ਦੁਨੀਆ ਆਈ ਹੈ। ਤੁਸੀਂ ਕਈ ਵਾਰ ਵੇਖਦੇ ਹੋ ਪ੍ਰਸ਼ਾਦਾ ਛਕਦੇ ਛਕਦੇ ਕਿਸੇ ਨੇ ਆਵਾਜ਼ ਮਾਰ ਲਈ, ਮੈਂ ਕਿਹਾ ਆਪਣੀ ਮਾਂ ਨੂੰ ਆ ਸਾਂਭੀ ਮਾਤਾ, ਨਿਆਣੀ ਮੁੜ ਕੇ ਆਉਣਾ, ਧਰ ਗਿਆ ਵੀ ਮੁੜ ਕੇ ਆ ਕੇ ਖਾ ਲੂਗਾ, ਐਸਾ ਹੀ ਹੁੰਦਾ ਤੇ ਮੇਰੀ ਚੀਜ਼ ਰੱਖ ਦਿਓ ਤੇ ਸਾਨੂੰ ਪਤਾ ਵੀ ਅਸੀਂ ਮੁੜ ਕੇ ਆ ਕੇ ਖਾਵਾਂਗੇ, ਸਾਨੂੰ ਨਹੀਂ ਪਤਾ ਖਿਆਲ ਰੱਖ ਮੁੜ ਕੇ ਆ ਕੇ ਕੀ। ਅਸੀਂ ਤੇ ਬੈਠੇ ਹਾਂ, ਕਾਫੀ ਸਾਲ ਦੀ ਗੱਲ ਹੋ ਗਈ, ਕਿਸੇ ਹੋਰ ਥਾਂ ਦੀ ਘਟਨਾ ਹੈ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੀ, ਬੰਦਾ ਪੰਗਤ 'ਚ ਬੈਠਾ ਹੈ, ਲੰਗਰ ਛਕਣ ਗ੍ਰਾਹੀ ਤੋੜ ਕੇ ਲੇਮੂ